चौथी क्लास पढ़ते हैं, दूजी क्लास मेरी भैन पढ़ती है। तो अपने मम्मी डैडी हैंडीकैप आई, मम्मी डंडे तुरदे, पापा रुड़ के तुरदे जी। काम की कर दे? काम कवाड़ दा काम कर दे। पढ़ के पुत कुछ की बनना हैगा जा कोई हैगा की बन दा सपना की हैगा? फौजी बनना ही दोने पैन पैन। ओके, सरकार तो कोई मांग पुत? उन्हें जो मंजूर हैगा दे दूंगे। तेरह चौदह साल की उम्र विच बच्चे पढ़ाई करते ने ते वड्डे होके कुछ बनन दा सपना देखते ने, पर जदो गरीबी ते बीमारी बंदे नू घेरा पा लैंदियां ने तां उज्जवल जिंदगी दे सारे दरवाजे बंद हो जांदे ने। खबर है श्री मुक्तसर साहिब तो, जिथे के दो छोटे छोटे भैन भरा पर गरीबी होने कारण कबाड़ चुक के अपने माता पिता की सहायता कर रहे ने। मासूम बच्चे ने दसा कि उसके माता पिता शरीरिक तौर ते अपाहज ने ते दोवें भैन भरा लगभग 6 साल तो कबाड़ चुकण दा काम कर रहे ने। बच्चे ने दसा कि दोवें भैन भरा फौज विच भर्ती होके अपने माता पिता का नाम रोशन करना चाहते ने। पुत की नाम हैगा और की काम करदे हैगे? उम्र किन्नी है, क्लास किहड़ी है? मेरी नाम आई आमिर भैन आई खुशी, ते अपां इत्थे चौथी क्लास च पढ़दे आ जी। दूजी क्लास च मेरी भैन पढ़दी आ। ते अपने मम्मी डैडी हैंडीकैप आई, मम्मी डंडे तुरदे आ, पापा रुड़ के तुरदे आ जी। ते काम की करदे हो? काम कबाड़ दा काम करदे आ जी। किवें करदे हैगे सारा दिन? फिर की करदे हो? की कबाड़ च कित्थे जांदे हो, किवें चक्के लैंदे हो? ਜਿਵੇਂ ਜਿੱਥੋਂ ਮਿਲ ਗਈ ਬੋਤਲ ਗੱਤਾ ਗੁੱਤਾ ਅਤੇ ਚੁੱਕ ਲਈਦਾ ਜੀ। ਦੁਕਾਨਾਂ ਦੁਕਾਨਾਂ ਤੋਂ ਕਈ ਵਾਰ ਲੈ ਲਈਦਾ, ਵਰਕਸ਼ਾਪ ਤੋਂ, ਕਰਿਆਨੇ ਦੁਕਾਨ ਤੋਂ ਗੱਤਾ ਗੁੱਤਾ, ਅਤੇ ਆਪਣੇ ਪੜ੍ਹ ਕੇ ਪੁੱਤ ਕੁਛ ਕੀ ਬਣਨਾ ਹੈਗਾ ਜਾਂ ਕੋਈ ਹੈਗਾ ਕੀ ਬਣਨ ਦਾ ਸੁਪਨਾ ਕੀ ਹੈਗਾ? ਫੌਜੀ ਬਣਨਾ ਜੀ ਦੋਨੇ ਭੈਣ ਭਰਾਵਾਂ ਨੇ। ਦੋਵੇਂ ਭੈਣ ਭਰਾਵਾਂ ਨੇ ਫੌਜੀ ਬਣਨਾ। ਤੇ ਸੁਮੀਰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ? ਫਿਰ ਕਿੱਥੇ ਕਿੱਥੇ ਜਾਣਾ, ਕਿੰਨਾ ਟਾਈਮ ਲੱਗ ਜਾਂਦਾ ਹੈਗਾ? ਹੋ ਗਈ 5-6 ਸਾਲ ਹੋ ਗਏ ਮੁਕਤਸਰ ਮੁਕਤਸਰ ਦੇ ਵਿੱਚ ਵਿੱਚ ਗੇੜੇ ਕੱਢ ਲਏ ਤੇ। ਅੱਛਾ, ਕੋਟਪੁਰ ਰੋਡ ਹੋ ਗਿਆ, ਇੱਧਰ ਮਲੋਟ ਰੋਡ ਹੋ ਗਿਆ। ਜਦੋਂ ਸਕੂਲ ਲੱਗਦੇ ਆ ਉਦੋਂ ਕਿਹੜੇ ਟਾਈਮ ਕੰਮ ਕਰਦਾ, ਤੇ ਜਦੋਂ ਹੁਣ ਛੁੱਟੀਆਂ ਨੇ ਉਦੋਂ ਕਿਹੜੇ ਟਾਈਮ ਕੰਮ ਕਰਦਾ, ਔਰ ਕਿੰਨਾ ਟਾਈਮ ਸਾਰੇ ਸ਼ਹਿਰ 'ਚ ਲੱਗ ਜਾਂਦਾ ਫਿਰ ਤੈਨੂੰ? ਸਕੂਲ 'ਚ ਜਿਹੜੇ 2 ਵਜੇ ਛੁੱਟੀ ਹੋ ਜਾਂਦੀ ਸਕੂਲੋਂ ਆ ਕੇ, 3 ਵਜੇ ਨੂੰ ਫਿਰ ਕੰਮ 'ਤੇ ਹੋ ਜਾਈਦਾ, ਅਤੇ 8-9 ਵਜੇ ਘਰ ਫਿਰ ਵਾਪਸ ਹੋ ਜਾਈਦਾ ਜੀ। ਅਤੇ ਫਿਰ ਕਬਾੜ ਲੈ ਕੇ ਵੇਚਦਾ ਕਿੱਥੇ ਆ ਜਾਂ ਕੀ ਹੈਗਾ? ਇਹ ਆਪਣੇ ਕਬਾੜੀ ਦੁਕਾਨ 'ਤੇ ਵੇਚ ਦੇਈਦਾ ਜੀ, ਜਿੱਥੇ ਜੀ ਕਰੇ ਉੱਥੇ ਵੇਚ ਦੇਈਦਾ। ਅਤੇ ਕਿੰਨਾ ਟਾਈਮ ਲੱਗ ਜਾਂਦਾ ਪੁੱਤ ਸਾਰੇ ਸ਼ਹਿਰ ਦੇ ਵਿੱਚ ਜਦੋਂ ਇਕੱਠਾ ਕਰਦਾ ਕਬਾੜ? ਲੱਗ ਹੀ ਜਾਂਦੇ ਜੀ, ਮਤਲਬ 4-5 ਘੰਟੇ ਨੇ ਲੱਗ ਹੀ ਜਾਂਦੇ। ਓਕੇ, ਸਰਕਾਰ ਤੋਂ ਕੋਈ ਮੰਗ ਪੁੱਤ? ਉਹਨਾਂ ਨੂੰ ਜੋ ਮਨਜ਼ੂਰ ਹੈਗਾ ਉਹ ਦੇ ਦੂੰਗੇ ਜੀ। ਓਕੇ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਮੇਰੀ ਵਰਕਸ਼ਾਪ ਆ ਕਾਰਾਂ ਦੀ ਸ਼੍ਰੀ ਮੁਕਤਸਰ ਸਾਹਿਬ 'ਚ। ਇਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਜੀ ਆਉਂਦੇ ਨੂੰ ਸਾਡੇ ਕੋਲ ਜੀ। ਸਾਡੇ ਕੋਲ ਨਹੀਂ ਮਤਲਬ ਸਾਰੀਆਂ ਵਰਕਸ਼ਾਪਾਂ ਦੇ ਵਿੱਚੋਂ ਇਹ ਕਬਾੜ ਦਾ ਹੈਗਾ, ਜੋ ਵੀ ਆ ਛੋਟਾ ਮੋਟੇ ਕੋਈ ਬੋਤਲ ਹੋ ਗਈ, ਕੈਨੀ ਹੋ ਗਈ ਜਾਂ ਗੱਤਾ ਹੋ ਗਿਆ, ਉਹਨਾਂ ਦਾ ਕੰਮ ਕਰਦੇ ਜੀ ਇਹ। ਅਤੇ ਇੱਥੋਂ ਮਤਲਬ ਚੁੱਗ ਕੇ ਇਕੱਠਾ ਕਰਕੇ ਗਾਂਹ ਕਬਾੜ ਦੇ ਵਿੱਚ ਦਿੰਦੇ ਆ, ਅਤੇ ਫਿਰ ਇਹਨਾਂ ਦਾ ਮਤਲਬ ਗੁਜ਼ਾਰਾ ਹੁੰਦਾ। ਅਤੇ ਪਹਿਲਾਂ ਜੀ ਕਰਦੇ ਸੀਗੇ ਜੀ ਸਕੂਲ, ਦੋਨੇ ਬੱਚੇ ਪੜ੍ਹਦੇ ਆ ਜੀ ਇਹ, ਅਤੇ ਇਹ 3 ਵਜੇ ਤੋਂ ਬਾਅਦ ਆਉਂਦੇ ਸੀਗੇ ਜੀ। ਰਕਸ਼ਾ ਸੀਗਾ ਇਹਨਾਂ ਕੋਲ ਪੈਡਲਾਂ ਵਾਲਾ ਜੀ, ਅਤੇ ਇਹਨਾਂ ਨੇ ਸਾਰੇ ਸ਼ਹਿਰ ਦਾ ਹੀ ਚੱਕਰ ਕੱਢਣਾ, ਅਤੇ ਰਾਤ ਨੂੰ 9 ਵਜੇ ਤੱਕ ਘਰ ਆਉਂਦੇ ਸੀ। ਜਿਹੜੇ ਮੰਮੀ ਪਾਪਾ ਹੈਗੇ ਇਹਨਾਂ ਦੇ, ਉਹ ਹੈਂਡੀਕੈਪਟ ਨੇ ਜੀ, ਅਪਾਹਜ ਨੇ ਉਹ,
ਅਤੇ ਉਹ ਤਕਰੀਬਨ ਘਰ ਹੀ ਹੁੰਦੇ ਆ ਜੀ, ਮਤਲਬ ਜੋ ਵੀ ਜ਼ਿੰਮੇਵਾਰੀ ਇਹ ਮੁੰਡੇ ਦੇ ਸਿਰ 'ਤੇ ਹੀ ਹੈ ਸਾਰੀ ਘਰ ਦੀ ਜੀ। ਤਕਰੀਬਨ ਹੁਣ ਤਾਂ ਜੀ ਲੋਕਡਾਊਨ ਆ, ਸਕੂਲ ਬੰਦ ਆ ਇਹਨਾਂ ਦੇ ਜੀ, ਸੁਬਹਾ 10 ਵਜੇ ਤੋਂ ਲੈ ਕੇ ਅਤੇ ਰਾਤ ਦੇ 7-8 ਵਜੇ ਤੱਕ ਇਹ ਮਤਲਬ ਸ਼ਾਮ ਦੇ ਇਹ ਕੰਮ ਕਰਦੇ ਜੀ। ਕੀ ਮੰਗ ਕਰੋਗੇ ਸਰਕਾਰ ਤੋਂ ਇਹਨਾਂ ਜਵਾਕਾਂ ਦਾ? ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਇਹ ਜੋ ਗਰੀਬ ਬੱਚੇ ਹੈਗੇ ਆ ਜੀ, ਇਹਨਾਂ ਦੇ ਵੀ ਕੋਈ ਖਾਬ ਹੈਗੇ ਆ ਜੀ। ਤੁਸੀਂ ਸੁਣਿਆ ਹੋਊਗਾ ਜਿਵੇਂ ਇਹ ਕਹਿ ਰਹੇ ਵੀ ਅਸੀਂ ਫੌਜੀ ਬੰਦਾ ਹੈਗਾ, ਅਤੇ ਮਿਹਨਤੀ ਨੇ ਇਹ, ਇਮਾਨਦਾਰ ਨੇ, ਅਤੇ ਸਰਕਾਰ ਨੂੰ ਇਹੀ ਅਪੀਲ ਆਈ ਵੀ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ।